ਵਧਦੇ ਅਗਲੀ ਖਬਰ ਵੱਲ। ਐਸੋਸੀਏਸ਼ਨ ਆਫ ਐਫੀਲੇਟਿਡ ਸਕੂਲ ਟੂ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਜਿੰਦਰ ਸ਼ਰਮਾ ਵੱਲੋਂ ਕਿਹਾ ਗਿਆ ਕਿ ਸੂਬਾ ਸਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੱਧਰ ਨਹੀਂ ਚੁੱਕ ਰਹੀ। ਉਹਨਾਂ ਦਾ ਕਹਿਣਾ ਹੈ ਕਿ ਵੱਡੇ ਅਫਸਰਾਂ ਦੇ ਬੱਚੇ CBSE ਬੋਰਡ ਦੇ ਸਕੂਲਾਂ 'ਚ ਪੜ੍ਹਦੇ ਨੇ, ਇਸੇ ਲਈ ਜਾਣ ਬੁੱਝ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ ਉੱਚਾ ਨਹੀਂ ਚੁੱਕਿਆ ਜਾ ਰਿਹਾ। ਸਾਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ, ਦੂਸਰੇ ਇੱਕ ਪਾਸੇ ਤਾਂ ਜਿਹੜੇ ਪੇਰੈਂਟਸ ਦੇ ਵੱਲੋਂ ਰੰਜਿਸ਼ ਹੈ ਵੀ ਜਿਹੜੇ CBSE ਐਫੀਲੇਟਿਡ ਸਕੂਲ ਨੇ ਉਹਨਾਂ ਤੋਂ ਫੀਸਾਂ ਜ਼ਿਆਦਾ ਲੈ ਰਹੇ ਨੇ, ਚਾਰਜਿਸ ਜ਼ਿਆਦਾ ਰਹੇ ਨੇ, ਜੇ ਵੋ। ਪਰ ਇਹਦੇ ਮੁਕਾਬਲੇ 'ਚ ਸਾਡੇ ਦੂਸਰੇ ਪਾਸੇ ਐਫੀਲੇਟਿਡ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਜਿਹੜੇ ਸੰਬੰਧਿਤ ਨੇ ਉਹਨਾਂ ਦੀ ਵੀ ਜਿਹੜੀ ਇਹ ਪ੍ਰੋਬਲਮ ਸਰਕਾਰ ਦੇ ਖਿਲਾਫ ਸਾਡੀਆਂ ਕੁਛ ਪ੍ਰੋਬਲਮ ਨੇ। ਗੌਰਮੈਂਟ ਨੂੰ ਸਾਨੂੰ ਬੜਾ ਧੋਖਾ ਰਿਹਾ ਬਈ ਗੌਰਮੈਂਟ ਦੇ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਚੀਫ ਮਿਨਿਸਟਰ ਸਾਹਿਬ ਜੀ ਨੇ, ਮੁੱਖ ਮੰਤਰੀ ਜੀ ਨੇ, ਉਹਨਾਂ ਨੇ ਜਿਹੜੇ ਆਪਣੇ ਸਕੂਲ ਨੇ ਆਦਰਸ਼ ਸਕੂਲ ਉਹ CBSE ਦੇ ਅੰਡਰ ਕਰਵਾ ਰਹੇ ਨੇ, ਕਰਵਾਏ ਨੇ, ਔਰ ਜਿਨ੍ਹਾਂ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਹੈ, ਉੱਥੇ ਕੋਈ ਬੱਚੇ ਵੀ ਨਹੀਂ ਜਾਂਦੇ ਮੋਸਟਲੀ, ਨਾ ਉਹਨਾਂ ਦੀ ਪਰਫਾਰਮੈਂਸ ਅੱਛੀ ਹੈ, ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ। ਜਦਕਿ ਐਫੀਲੇਟਿਡ ਸਕੂਲ ਨਾ ਕੋਈ ਇਹਨਾਂ ਨੂੰ ਗ੍ਰਾਂਟ ਮਿਲਦੀ ਹੈ, ਗੌਰਮੈਂਟ ਗ੍ਰਾਂਟ ਮਿਲਦੇ ਬਜਾਏ ਉਹਨਾਂ ਨੂੰ ਜਿਹੜੇ ਪੈਸਾ ਨਹੀਂ ਦਿੱਤਾ ਜਾਂਦਾ ਬੱਚਿਆਂ ਨੂੰ। ਪੰਜਾਬ ਦੇ ਸੀਨੀਅਰ ਅਫਸਰ ਜਿਹੜੇ ਹੈਗੇ ਨੇ, ਚਾਹੇ ਐਜੂਕੇਸ਼ਨ ਡਿਪਾਰਟਮੈਂਟ ਚਾਹੇ ਦੂਸਰੇ, ਉਹਨਾਂ ਨੇ ਆਪਣੇ ਸਕੂਲ ਖੋਲ੍ਹ ਕੇ CBSE ਦੇ ਨਾਲ ਐਫੀਲੇਟਿਡ ਕੀਤੇ ਹੋਏ ਨੇ, ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਨੇ, ਤਾਂ ਹੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਔਰ ਇਹਨਾਂ ਦੇ ਨਾਲ ਜਿਹੜੇ ਐਫੀਲੇਟਿਡ ਸਕੂਲ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ, ਉਹਨਾਂ ਦੀ ਪ੍ਰੋਬਲਮ ਨੂੰ ਦੇਖਿਆ ਨਹੀਂ ਜਾ ਰਿਹਾ। ਸਮਾਂ ਇਹਨਾਂ ਸਕੂਲਾਂ ਦੇ ਉੱਪਰ ਸਿਸਟਮ ਦੇ ਨਾਲ ਨਾਲ ਟੈਕਸ ਲਗਾਏ ਜਾ ਰਹੇ ਨੇ। ਜਿਹੜੇ ਸਾਡੇ ਐਫੀਲੇਟਿਡ ਸਕੂਲ ਜਿਹੜੇ ਹੈਗੇ ਨੇ ਉਹ ਅਸਮਰਥ ਨੇ, ਉਹਨਾਂ ਨੂੰ ਬੰਦ ਕਰਨ ਦੇ ਲਈ ਤੁਲੀ ਹੋਈ ਹੈ।